ना रखे सी पोतरी ते मैं तो दस नहीं सकती। मैं आदि पोतरी बड़ी लाडा नाल पाली सी, बड़े वक्त मैं आदि पोतरी ने खाने सी। मैंने नहीं सी पता कुछ मेरी पोतरी ना हो जाना गए, मैंने कुछ जेते जेते भी नहीं सी। ਕੱਲੀ ਨੂੰ ਨੀ ਹੋਣ ਦੇਣਾ। ਮੈਂ ਕਿਹਾ ਪੁੱਤ ਤੂੰ ਆ ਜਾ, ਮੈਂ ਚੱਲਾਂਗੀ, ਤੇਰੀ ਮੰਮੀ ਚੱਲੇਗੀ। ਇੰਨੀਆਂ ਗੱਲਾਂ ਕਰਦੇ ਪਤਾ ਨੀ ਸਾਡੇ ਨਾਲ ਆ ਕੁਝ ਹੋ ਜਾਣਾ। ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਸ਼ੇਰ ਖਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਕੁੜੀ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸੇ ਵੇਲੇ ਮ੍ਰਿਤਕਾਂ ਦੇ ਨਾਲ ਕਾਰ ਵਿੱਚ ਉਸਦੇ ਭੈਣ ਭਰਾ ਵੀ ਸਨ, ਜੋ ਗੰਭੀਰ ਜ਼ਖਮੀ ਹੋ ਗਏ ਨੇ ਅਤੇ ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਪੁੱਤਰ ਅਤੇ ਧੀ ਕੈਨੇਡਾ ਵਿੱਚ ਪੜ੍ਹਾਈ ਲਈ ਗਏ ਹੋਏ ਸਨ ਅਤੇ ਧੀ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਅਤੇ ਹੁਣ ਉੱਥੇ ਨੌਕਰੀ ਕਰ ਰਹੀ ਸੀ। ਕਦੋਂ ਐਕਸੀਡੈਂਟ ਹੋਇਆ ਜੀ ਬੇਟੀ ਦਾ? ਵੀਰਵਾਰ ਮਤਲਬ ਕਿ ਸ਼ਾਮੀ, ਉੱਧਰ ਜਦ ਦਿਨ ਚੜ੍ਹ ਗਿਆ, ਕੈਨੇਡਾ ਜਦ ਦਿਨ ਚੜ੍ਹ ਗਿਆ। ਕਿਵੇਂ ਐਕਸੀਡੈਂਟ ਹੋਇਆ? ਬਾਹਰੋਂ ਆ ਰਹੇ ਸੀ ਗੱਡੀ 'ਚ, ਅਸੀਂ ਪਿੱਛੇ ਬੈਠੇ ਸੀ, ਦੋ ਜਣੇ ਹੋਰ ਸੀ ਸਾਡੇ ਪਿੰਡ ਦੇ ਸੀ, ਗੱਡੀ ਉਹ ਚਲਾ ਰਹੇ ਸੀ ਮੁੰਡਾ, ਉਹ ਭੈਣ ਭਰਾ ਸੀ, ਅਤੇ ਪਿੱਛੇ ਬੈਠੀ ਹੋਈ ਬੇਟੀ, ਉਦੋਂ ਐਕਸੀਡੈਂਟ ਹੋਇਆ। ਕਾਰਨਾਂ ਦਾ ਪਤਾ ਨਹੀਂ ਲੱਗਾ, ਉਹ ਕੱਲ੍ਹ ਪਰਸੋਂ ਪੁਲਿਸ ਦੱਸੇਗੀ ਉੱਥੋਂ ਦੀ ਇਨਵੈਸਟੀਗੇਸ਼ਨ ਕਰਕੇ ਕਿੰਨੀ ਗਲਤੀ ਸੀ। ਕੀ ਨਾਮ ਆ ਬੱਚੇ ਦਾ? ਪਰਵਿੰਦਰ ਕੌਰ। ਉਮਰ ਕਿੰਨੀ ਸੀਗੀ? 20 ਈਅਰਸ, 20 ਸਾਲ। ਕਿੰਨਾ ਟਾਈਮ ਹੋ ਗਿਆ ਸੀ ਗਿਆ ਨੂੰ ਉਹਨਾਂ ਨੂੰ? 2 ਸਾਲ ਦੇ ਕਰੀਬ। ਕਿੰਨੇ ਬੱਚੇ ਆ ਤੁਹਾਡੇ? ਇੱਕ ਬੇਟੀ ਸੀ, ਇੱਕ ਬੇਟਾ ਸੀ। ਬੇਟਾ ਸੀ? ਹਾਂ, ਵੱਡੇ। ਪੜ੍ਹਾਈ ਹੁਣ ਕੰਪਲੀਟ ਹੋ ਗਈ ਸੀ ਉੱਥੇ? ਹਾਂ, ਪੜ੍ਹਾਈ ਹੋ ਗਈ ਕੰਪਲੀਟ, ਹੁਣ ਵਰਕ ਪਰਮਿਟ ਮਿਲਣਾ ਸੀ ਉਹਨੂੰ। ਕਿ ਆਪਣੇ ਰਿਹਾਇਸ਼ੀ ਏਰੀਏ ਤੋਂ ਕਿਤੇ ਕੰਮ ਜਾ ਰਹੇ? ਹਾਂ, ਵਾਪਸ ਆ ਰਹੇ। ਸਰਕਾਰ ਬਟ ਫਿਰ ਵੀ ਇਸ ਤੋਂ ਵੀ ਜਲਦੀ ਮਾੜੀ ਜੀ ਕਰ ਦੇਣਗੇ ਤਾਂ ਅਸੀਂ ਇਹ ਅਪੀਲ ਕਰਦੇ ਹਾਂ ਵੀ ਜਿੰਨੀ ਜਲਦੀ ਹੋ ਜਾਵੇ। ਨਾ ਰੱਖੇ ਸੀ ਪੋਤਰੀ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੈਂ ਆਪਣੀ ਪੋਤਰੀ ਬੜੀ ਲਾਡਾ ਨਾਲ ਪਾਲੀ ਸੀ, ਬੜੇ ਵਕਤਾਂ ਮੈਂ ਆਪਣੀ ਪੋਤਰੀ ਨੇ ਖਾਣੇ ਸੀ। ਮੈਨੂੰ ਨਹੀਂ ਸੀ ਪਤਾ ਕੁਛ ਮੇਰੀ ਪੋਤਰੀ ਨਾਲ ਹੋ ਜਾਣਾ ਗਏ, ਮੈਨੂੰ ਕੁਝ ਜੇਤੇ ਜੇਤੇ ਵੀ ਨਹੀਂ ਸੀ। ਮੇਰੀ ਪੋਤਰੀ ਮੈਨੂੰ ਮਿਲਣੀ ਚਾਹੀਦੀ, ਮੇਰੀ ਪੋਤਰੀ ਛੇਤੀ ਤੋਂ ਪਹਿਲਾਂ ਆਉਣੀ ਚਾਹੀਦੀ ਹੈ। ਮੈਂ ਪੋਤਰੀ ਨੂੰ ਉੱਥੇ ਬੜੀਆਂ ਗੱਲਾਂ ਕਰਦੀ ਸਾਂ, ਮੰਮਾ ਫਿਰ ਤੁਸੀਂ ਮੈਂ ਸੱਦਾਂਗੀ, ਮੈਂ ਫਿਰ ਤੁਸੀਂ ਬੁਲਾਵਾਂਗੀ। ਮੈਂ ਕਿ 6 ਮਹੀਨੇ ਲਾ ਕੇ ਆਈ ਸਾਂ ਦੇ ਕੋਲ ਜੀ, ਅਤੇ ਹੁਣ ਫਿਰ ਮੈਨੂੰ ਆਈ ਸੀ, ਮੰਮਾ ਹੁਣ ਤੂੰ ਤਿਆਰ ਹੋ ਜਾ, ਮੈਂ ਤੈਨੂੰ ਲੈ ਆਉਣਾ, ਕੱਲੀ ਨੂੰ ਨਹੀਂ ਹੋਣ ਦੇਣਾ। ਮੈਂ ਕਿਹਾ ਪੁੱਤ ਤੂੰ ਆ ਜਾ, ਮੈਂ ਚੱਲਾਂਗੀ, ਤੇਰੀ ਮੰਮੀ ਚੱਲੇਗੀ। ਇੰਨੀਆਂ ਗੱਲਾਂ ਕਰਦੇ ਨੇ ਤੁਹਾਨੂੰ ਪਤਾ ਨਹੀਂ ਸਾਡੇ ਨਾਲ ਆ ਕੁਝ ਹੋ ਜਾਂਦਾ, ਕੋਈ ਚਿੱਤ ਚੇਤਾ ਨਹੀਂ ਸੀ। ਅੱਜ ਮੇਰੇ ਪੁੱਤ ਦੀ ਸੱਚੀ ਅੱਜ ਮੇਰਾ ਬਹੁਤ ਧੱਕਾ ਆ ਗਿਆ ਹੈ। ਬੱਚੇ ਨਿੱਕੇ ਨਿੱਕੇ ਮੇਰੇ ਬੱਚੇ ਨੇ। 7 ਨੂੰ ਹੈ ਕੰਮ ਤੋਂ ਆਉਂਦੀ ਵੀ ਸੀ ਗੱਡੀ 'ਚ ਬੈਠੀ ਪਿੱਛੇ। ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਉੱਥੇ ਗਿਆ ਨੂੰ ਪੜ੍ਹਾਈ ਕਰਨ? 2 ਸਾਲ ਹੋ ਚੱਲੇ, ਹੋ ਚੱਲੇ ਨਾ। ਦਸੰਬਰ 'ਚ ਹੋਏ ਨੇ 2 ਸਾਲ। ਮੁੜ ਕੇ ਮੇਰੀ ਧੀ ਨਹੀਂ ਮੁੜ ਕੇ ਆਈ। ਦੇਖੋ ਜੀ, ਮੇਰੇ ਧੀਆਂ ਲਾਡਲੀਆਂ, ਵੱਡੀ ਧੀ ਸੀ, ਲਾਡਲੀ ਧੀ ਸੀ ਤੁਹਾਡੀ, ਅਤੇ ਪੁੱਤਾਂ ਨੂੰ ਤੁਸੀਂ ਉਹਨੂੰ ਪਾਲਿਆ ਸੀ, ਉਹਨਾਂ ਦੀ ਕੀ ਸੁਪਨੇ ਕੀ ਸੀਗੇ? ਉਹਨਾਂ ਦੀ ਬਹੁਤ ਖੁਆਇਸ਼, ਸਾਨੂੰ ਤੁਹਾਨੂੰ ਦੱਸਿਆ ਹੀ ਨਹੀਂ। ਸਾਡੇ ਰੀਝ ਮਿਲ ਨੱਥੀ ਸਾਡੀ ਧੀ ਦੇ ਲਾਉਣ ਵਾਸਤੇ ਆਉਣਾ, ਪਹਿਲੀ ਵਾਰ ਸੀ ਉਹਨੇ ਬਾਹਰੋਂ ਘੱਲਿਆ ਸੀ, ਘਲਾਇਆ ਅਤੇ ਸੱਜ ਫੱਬ ਗਏ ਸੀ। ਸਾਨੂੰ ਨਹੀਂ ਪਤਾ ਸਾਡੀ ਧੀ ਨੇ ਵੀ ਆ ਜਾਣਾ ਸੀ, ਸਾਨੂੰ ਨਹੀਂ ਪਤਾ ਸਾਡੀ ਧੀ ਸਾਨੂੰ ਮਰੀ ਮਿਲਣੀ ਹੈ। ਸਾਨੂੰ ਜਿੰਨਾ ਹੋਇਆ ਛੇਤੀ ਸਾਡੀ ਧੀ ਖਿਲਾ ਦਿਉ, ਉਹਨੂੰ ਬੋਲ ਟੱਡ ਬੜੀ ਖਿਲਾ ਦੇਣ, ਛੇਤੀ ਖਿਲਾ ਦੇਣਾ। ਅਸੀਂ ਧੀ ਦਾ ਜਨਮਦਿਨ ਮਨਾਈਏ, ਨਾ ਕਿ 20 ਅਕਤੂਬਰ ਜਨਮਦਿਨ ਆਉਂਦਾ, ਜਿੰਨਾ ਵੀ ਛੇਤੀ ਖਿਲਾਉਣ ਸਾਡੀ ਧੀ ਨੂੰ। ਸਾਡੇ ਕੋਲ ਨਹੀਂ ਬਰਦਾਸ਼ਤ ਹੁੰਦਾ ਪਿਆ, ਸਾਡੇ ਕੋਲ ਨਹੀਂ ਬਰਦਾਸ਼ਤ ਹੁੰਦਾ ਪਿਆ।
ਘੁੱਟ ਕੇ ਜੱਫੀ ਪਾਈ ਆਪਣੀ ਧੀ ਨਾਲ। ਮੰਮੀ ਤੂੰ ਜਦੋਂ ਜਹਾਜ਼ ਤੋਂ ਉਤਰੇਂਗੀ ਕਿੰਨੀ ਵਾਰੀ ਜੱਫੀ ਪਾਵੇਂਗੀ? ਮੈਂ ਮੇਰੇ ਪੁੱਤ ਤੈਨੂੰ 10 ਵਾਰੀ ਪਾਵਾਂਗੀ, 10 ਵਾਰੀ ਪਾਵਾਂਗੀ। ਉਹ ਸਾਨੂੰ ਆਉਣ ਦਾ ਮੌਕਾ ਦਿੱਤਾ ਹੀ ਨਹੀਂਗਾ। ਕਦੋਂ ਗੱਲ ਹੋਈ ਸੀ ਲਾਸਟ ਉਹਨਾਂ ਦੀ? ਲਾਸਟ ਪਹਿਲੇ ਜਦੋਂ ਹੀ ਗੱਲ ਕਰਦੀ ਸੀ, ਜਦੋਂ ਹੀ ਗੱਲ ਕਰਦੀ, ਮੰਮੀ ਤੂੰ ਮੈਨੂੰ ਕਿਵੇਂ ਫੀਲਿੰਗ ਲਵੇਂਗੀ, ਕਿਵੇਂ ਮੈਨੂੰ ਮਿਲੇਂਗੀ, ਤੂੰ ਸਾਨੂੰ ਇਵੇਂ ਮਿਲਣਾ, ਇਵੇਂ ਜੱਫੀਆਂ ਪਵਾਉਣੀ, ਸਾਨੂੰ ਕੁਛ ਨਹੀਂ ਪਤਾ। ਕਨੇਡਾ ਕਿਹੜੀ ਜਗ੍ਹਾ ਪੜ੍ਹਦੇ ਸੀਗੇ? ਪਤਾ ਨਹੀਂ ਕਿਹੜੇ ਕਿਹੜੇ ਨਾਂ ਬਣੇ, ਕਨੇਡਾ ਦਾ ਪਤਾ ਨਾਂ ਦਾ ਬੱਚਿਆਂ ਨੂੰ ਪਤਾ। ਇਹਦੀ ਧੀ ਪੜ੍ਹਦੀ ਸੀ, ਮਿਹਨਤੀ ਬੜੀ ਕਰਦੀ ਸੀ। ਛੁੱਟੀ ਚਾਚੇ ਨੇ ਕਹਿਣਾ ਛੁੱਟੀ ਕਰ ਲਾ, ਨਹੀਂ ਚਾਚਾ ਛੁੱਟੀ ਨਹੀਂ ਦਿੰਦੇ, ਛੁੱਟੀ ਨਹੀਂ ਦਿੰਦੇ। ਬੜੀ ਮਿਹਨਤ ਕਰਦੀ, ਪੂਰੀ ਬਾਂਹ ਸੀ ਚਾਚੇ ਦੀ ਅਤੇ ਪਿਓ ਦੀ, ਪੂਰੀ ਬਾਂਹ ਸੀ। ਜਿਹੜੀ ਕਾਰ 'ਚ ਜਾ ਰਹੀ ਸੀ ਉਹਦੇ 'ਚ ਕਿੰਨੇ ਜਣੇ ਸੀਗੇ? ਉਹਦੇ 4 ਜਣੇ ਸੀ, ਇੱਕ ਕੁੜੀ ਸੀ ਨਾਲ ਜਿਹੜੀ ਜਾਂਦੀ ਮੇਰੀ ਬੇਟੀ ਨਾਲ। ਉਹ ਉਤਰ ਗਈ, ਉਹਨੂੰ ਕਹਿੰਦੀ ਹੈ ਚਾਹ ਮੇਰੇ ਆਉਂਦੀ ਹਾਂ ਤੂੰ ਚਾਹ ਬਣਾ ਮੇਰੇ ਨੂੰ, ਆਉਂਦਿਆਂ ਨੂੰ ਕੰਮ ਤੋਂ ਆਉਂਦੀ ਵੀ ਸੀ। ਉਹ ਉਤਰ ਗਈ, ਉਹ ਜਾਂਦਾ ਚਾਹ ਬਣਾਈ ਉਹਨੇ, ਰੋਟੀ ਬਣਾਈ। ਮੇਰੀ ਧੀ 15 ਮਿੰਟਾਂ ਬਾਅਦ ਇਹ ਕੁਛ ਹੋ ਗਿਆ, ਮੇਰੀ ਧੀ ਮੁੱਕ ਗਈ। ਮੇਰੀ ਧੀ ਕੋਈ ਗੱਲ ਨਹੀਂ ਕਰ ਗਈ, ਧੀ ਸਾਰਾ ਕੁਝ ਉਹਦੀ ਗੱਲਾਂ ਕਰ ਗਈ ਸਾਰੀਆਂ ਸਾਡੇ ਨਾਲ। ਬਾਕੀ ਉਹਨਾਂ ਨਾਲ ਜਿਹੜੇ ਕਾਰ 'ਚ ਸੀ ਦੂਜੇ ਮੈਂਬਰ, ਉਹ ਵੀ ਫੱਟਰ ਹੋਏ ਆ, ਉਹ ਵੀ ਪ੍ਰੇਸ਼ਨ ਹੁੰਦੇ ਵੀ ਉਹਨਾਂ ਦੇ ਉੱਥੇ ਨੇ। ਉਹ ਉਹ ਬੱਚੇ ਕਿੱਥੋਂ ਦੇ ਰਹਿਣ ਵਾਲੇ ਸੀਗੇ? ਉਹ ਆਪਣੇ ਸ਼ੇਖਾਂ ਦੇ ਆ,